ਹੈਲੋ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਵੈਲਕਮ ਬੈਕ ਟੂ ਅਵਰ ਚੈਨਲ। ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅਤੇ ਟਾਈਮਿੰਗ ਹੋਈ ਸੀ ਕਰੀਬ 8:15 ਦਾ ਹੋਇਆ ਸੀ, ਪਤਾ ਨਹੀਂ 8 ਵਜੇ ਸੀ ਕਿ 8:15 ਦੇ ਵਿੱਚ ਹੀ ਹੋਇਆ ਸੀ। ਅਤੇ ਅੱਜ ਮੈਂ ਸਵੇਰੇ ਥੋੜ੍ਹਾ ਜਲਦੀ ਉੱਠੀ ਸੀ, ਮੈਂ ਸੋਚਿਆ ਸੀ ਅੱਜ ਮੈਂ ਆਪਣੇ ਕਿਚਨ ਦੀ ਕਲੀਨਿੰਗ ਕਰ ਲਉਂਗੀ, ਕਿਚਨ ਨੂੰ ਸਾਰੇ ਆਪਣੇ ਡੱਬੇ ਡੁੱਬੇ ਸਾਰੇ ਬਾਹਰ ਕੱਢ ਕੇ ਵਧੀਆ ਤਰੀਕੇ ਨਾਲ ਕਿਚਨ ਨੂੰ ਸਾਫ਼ ਕਰਨਾ ਹੈ, ਕਿਉਂਕਿ 1.5-2 ਮਹੀਨੇ ਹੋ ਗਏ ਸੀ ਕਿਚਨ ਨੂੰ ਸਾਫ਼ ਨਹੀਂ ਕਰਿਆ ਸੀਗਾ। ਅਤੇ ਮੈਂ ਕਿਹਾ ਚਲੋ ਕਰਾਂਗੀ, ਅਤੇ ਮੇਰੇ ਨਾਲ ਹੀ ਫਿਰ ਮੋਕਸ਼ੀ ਉੱਠ ਗਈ। ਇਹ ਮੇਰੇ ਨਾਲ ਨਾ ਹਰ ਵਕਤ ਐਵੇਂ ਹੀ ਹੁੰਦਾ ਕਿ ਜਦੋਂ ਮੈਂ ਸੋਚਦੀ ਹਾਂ ਕਿ ਮੈਂ ਜਲਦੀ ਉੱਠ ਕੇ ਕੰਮ ਕਰ ਲੈਣਾ, ਪਰ ਮੋਕਸ਼ੀ ਉੱਠ ਜਾਂਦੀ ਹੈ ਮੇਰੇ ਨਾਲ ਹੀ। ਮੈਂ ਸਿਰਫ ਉਹਦੀ ਚਾਹ ਹੀ ਪੀਤੀ ਆ, ਉਸ ਤੋਂ ਬਾਅਦ ਮੇਰੇ ਨਾਲ ਹੀ ਉੱਠ ਗਈ। ਫਿਰ ਇਹਨੂੰ ਮੈਂ ਕੀ ਕਰਾਂ, ਮੈਂ ਕਿਹਾ ਜੇ ਫਿਰ ਟਾਈਮ ਨਾਲ ਉੱਠ ਤਾਂ ਗਈ, ਫਿਰ ਟਾਈਮ ਨਾਲ ਉੱਠ ਦਾ ਕੋਈ ਫਾਇਦਾ ਤਾਂ ਹੋਵੇ ਨਾ, ਤਾਂ ਫਿਰ ਮੈਂ ਇਹਨੂੰ ਆਪਣੇ ਨਾਲ ਹੀ ਲਾ ਲਿਆ ਆਪਦੇ ਕੰਮ। ਮੈਂ ਆਪਣਾ ਕੰਮ ਕਰ ਰਹੀ ਸੀ, ਪਹਿਲਾਂ ਸਭ ਤੋਂ ਪਹਿਲਾਂ ਮੈਂ ਬਾਹਰ ਝਾੜੂ ਕੱਢਿਆ, ਕਿਉਂਕਿ ਇੱਥੇ ਮੈਂ ਆਪਣੇ ਸਾਰੇ ਬਰਤਨ ਜਿਹੜੇ ਸਾਫ਼ ਕਰਨੇ ਸੀਗੇ। ਅਤੇ ਫਿਰ ਮੈਂ ਆਪਣੇ ਸਾਰੇ ਝਾੜੂ ਕੱਢਿਆ ਵਧੀਆ ਤਰੀਕੇ ਨਾਲ ਬਾਹਰੋਂ ਤੱਕ ਕੱਢਿਆ, ਅਤੇ ਮੋਕਸ਼ੀ ਨਾਲ ਨਾਲ ਖੇਲ ਰਹੀ ਸੀਗੀ। ਇਹਨੂੰ ਮੈਂ ਕਿਹਾ ਸੀ ਆਪਾਂ ਬਾਹਰ ਬਰਤਨ ਧੋਵਾਂਗੇ, ਤਾਂ ਮੇਰੇ ਨਾਲ ਖੇਲਣ ਲੱਗ ਗਈ ਸੀ, ਕਿਉਂਕਿ ਬੱਚਿਆਂ ਨੂੰ ਤਾਂ ਐਵੇਂ ਹੁੰਦਾ ਖੇਲਣਾ, ਪਾਣੀ ਨਾਲ ਖੇਲਣਾ, ਬੱਚਿਆਂ ਨੂੰ ਤਾਂ ਪਾਣੀ ਨਾਲ ਖੇਲਣ ਦਾ ਬਹੁਤ ਸ਼ੌਂਕ ਹੁੰਦਾ, ਇਹਨੂੰ ਵੀ ਬਹੁਤ ਸ਼ੌਂਕ ਹੈ ਪਾਣੀ ਨਾਲ ਖੇਲਣ ਦਾ। ਤਾਂ ਮੈਨੂੰ ਮੈਂ ਇਹ ਕਿਹਾ ਸੀਗਾ ਆਪਾਂ ਬਰਤਨਾਂ ਧੋਵਾਂਗੇ, ਤਾਂ ਫਿਰ ਇਹ ਮੇਰੇ ਨਾਲ ਲੱਗ ਗਈ ਸੀਗੀ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਿਚਨ ਦੇ ਵਿੱਚ ਗਈ, ਸਾਰੇ ਆਪਣੇ ਬਾਹਰੋਂ ਝਾੜੂ ਮਾਰ ਕੇ ਮੈਂ ਮੋਕਸ਼ੀ ਲੈ ਗਈ ਸੀ ਕਿਚਨ 'ਚ। ਮੈਂ ਕਿਹਾ ਚੱਲ ਆ ਜਾ ਪੁੱਤ, ਆਪਾਂ ਡੱਬੇ ਕੱਢਦੇ ਹਾਂ ਬਾਹਰ, ਤਾਂ ਉਹਨੇ ਮੇਰੇ ਨਾਲ ਸਾਰੇ ਡੱਬੇ ਕਢਵਾਏ। ਮੈਨੂੰ ਬਹੁਤ ਹੈਲਪ ਹੋ ਜਾਂਦੀ ਹੈ ਮੋਕਸ਼ੀ ਦੀ, ਨਿੱਕੇ ਨਿੱਕੇ ਜਿਹੇ ਕੰਮ ਮੇਰੇ ਨਾਲ ਕਰਦੀ ਰਹਿੰਦੀ ਹੈ। ਵੈਸੇ ਤਾਂ ਵਧੀਆ ਗੱਲ ਹੈ, ਬੱਚੇ ਨੂੰ ਆਪਾਂ ਜੇ ਕੰਮ ਲਾਈ ਰੱਖਾਂਗੇ ਨਾ, ਬੱਚਾ ਵੀ ਖੁਸ਼ ਰਹਿੰਦਾ, ਨਾਲੇ ਆਰੇ ਲੱਗਿਆ ਰਹਿੰਦਾ ਹੈ ਨਾ ਬੱਚਾ। ਅਤੇ ਬਸ ਇਸ ਤਰੀਕੇ ਨਾਲ ਮੈਨੂੰ ਆਰੇ ਲਾਈ ਰੱਖਦੀ ਹੈ ਮੇਰੇ ਨਾਲ ਹੀ, ਅਤੇ ਉਹਨੇ ਮੇਰੇ ਨਾਲ ਸਾਰੇ ਡੱਬੇ ਚੱਕਵਾ ਦਿੱਤੇ ਇੱਕ ਇੱਕ ਕਰਕੇ ਵਿਚਾਰੀ ਨੇ। ਵੱਡੇ ਵੱਡੇ ਡੱਬੇ ਤਾਂ ਚਲੋ ਮੈਂ ਚੱਕ ਲਏ, ਬਾਕੀ ਛੋਟੇ ਛੋਟੇ ਉਹਨੇ ਹੀ ਚੱਕੇ। ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਬੱਚਾ ਮੇਰੇ ਨਾਲ ਕੰਮ ਕਰਾ ਰਿਹਾ। ਕੱਲ੍ਹ ਦੀ ਗੱਲ ਦੱਸਾਂ ਤੁਹਾਨੂੰ, ਕੱਲ੍ਹ ਮੇਰੇ ਨਾਲ ਕੀ ਹੋਇਆ, ਮੈਂ ਨਾ ਫਰਸ਼ ਦੇ ਉੱਪਰ ਨਾ ਐਵੇਂ ਲੇਟ ਗਈ, ਨਾ ਸਰਾਣਾ ਲਿਆ, ਵੈਸੇ ਹੀ ਇਹਦੇ ਨਾਲ ਖੇਲ ਰਹੀ ਸੀ ਮੈਂ ਲੇਟ ਗਈ, ਅਤੇ ਇਹਨੂੰ ਐਂ ਹੋਇਆ ਮੰਮਾ ਐਵੇਂ ਲੇਟ ਗਈ। ਅੰਦਰ ਗਈ ਕਮਰੇ ਦੇ ਵਿੱਚੋਂ ਨਾ ਮੇਰੇ ਲਈ ਸਰਾਣਾ ਲੈ ਕੇ ਆਈ, ਕਹਿੰਦੀ ਮੰਮਾ ਜੇ ਲੈ ਲਓ ਆਪ, ਪੈਸੇ ਪੜਿਓ। ਤਾਂ ਮੈਂ ਫਿਰ ਮੇਰੇ ਸਰ ਮੈਨੂੰ ਬੜੀ, ਮੈਂ ਕਹਿੰਦੀ ਮੇਰੇ ਅੱਖਾਂ 'ਚ ਹੰਝੂ ਆ ਗਏ, ਮੈਨੂੰ ਬਹੁਤ ਖੁਸ਼ੀ ਮਿਲੀ ਕਿ ਮੇਰਾ ਬੱਚਾ ਮੇਰੀ ਬੇਟੀ ਮੇਰਾ ਧਿਆਨ ਰੱਖ ਰਹੀ ਹੈ। ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦੀ ਮੰਮਾ ਨੀਚੇ ਨਹੀਂ ਪੈਣਾ, ਉੱਪਰ ਚਲੋ ਸੋਫੇ 'ਤੇ ਪੈ ਜਾਓ ਜਾ ਕੇ। ਤਾਂ ਮੈਨੂੰ ਸੋਫੇ 'ਤੇ ਲਟਾ ਕੇ ਆਈ ਕਿ ਦੇਖ ਲਓ ਆਪਣਾ ਬੱਚਾ ਵੀ ਆਪਣੀ ਕਿੰਨੀ ਕੇਅਰ ਕਰ ਰਿਹਾ ਹੈ ਨਾ, ਮਾਂ ਦੀ ਤਰ੍ਹਾਂ ਮੇਰਾ ਬੱਚਾ ਮੇਰੀ ਕੇਅਰ ਕਰਦਾ, ਅਤੇ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ। ਅਤੇ ਬਸ ਉਹਨੇ ਮੇਰੇ ਨਾਲ ਨਿੱਕਾ ਨਿੱਕਾ ਜਿਹਾ ਕੰਮ ਕਰਾਇਆ। ਉਸ ਤੋਂ ਬਾਅਦ ਫਿਰ 8:30 ਹੋ ਗਏ ਸੀ, ਕਿਉਂਕਿ 9 ਵਜੇ ਮੋਕਸ਼ੀ ਸਕੂਲ ਜਾਂਦੀ ਹੈ। ਤਾਂ ਫਿਰ ਮੈਨੂੰ ਇਹ ਹੋ ਗਿਆ ਕਿ ਹੁਣ ਮੈਂ ਇਹਨੂੰ ਸਕੂਲ ਭੇਜ ਦੇਣ ਦੀ ਤਿਆਰੀ ਕਰ ਲਾਂ, ਜਿਹੜਾ ਸਮਾਨ ਕਰ ਲਿਆ, ਚਲੋ ਇਹ ਇੰਨੀ ਹੈਲਪ ਹੋ ਗਈ ਇਹਦੀ ਮੋਕਸ਼ੀ ਦੀ। ਤਾਂ ਇਸ ਤੋਂ ਬਾਅਦ ਫਿਰ ਮੈਂ ਇਹਨੂੰ ਸਕੂਲ ਭੇਜਣ ਦੇ ਕੰਮ ਲੱਗ ਗਈ ਸੀ, ਮੈਂ ਇਹਦਾ ਟਿਫਿਨ ਪੈਕ ਕਰਿਆ ਮੋਕਸ਼ੀ ਦਾ, ਅਤੇ ਟਿਫਿਨ ਪੈਕ ਕਰਨ ਤੋਂ ਬਾਅਦ ਫਿਰ ਮੈਨੂੰ ਤਿਆਰ ਕਰਕੇ ਸਕੂਲ ਭੇਜਿਆ, ਕਿਉਂਕਿ ਫਿਰ ਇਹ ਸ਼ੁਕਰ ਹੈ ਇਹ ਰੋਈ ਨਹੀਂ ਹੈਗੀ। ਵੈਸੇ ਹੁਣ ਤਾਂ ਸਕੂਲ ਜਾਣ ਲੱਗੀ, ਹੁਣ ਨਹੀਂ ਜ਼ਿਆਦਾ ਪਰੇਸ਼ਾਨ ਕਰਦੀ, ਸ਼ੁਰੂ ਸ਼ੁਰੂ ਤੋਂ ਇਹਨੇ ਥੋੜ੍ਹਾ ਜਿਹਾ ਪਰੇਸ਼ਾਨ ਕਰਿਆ, ਮਹੀਨਾ ਲੱਗਿਆ ਬੱਚੇ ਨੂੰ ਸੈੱਟ ਹੋਣ 'ਚ ਸਕੂਲ। ਪਹਿਲਾਂ ਕਰਦੀ ਸੀ, ਥੋੜ੍ਹਾ ਜਿਹਾ ਰੋਂਦੀ ਸੀ, ਕਹਿੰਦੀ ਸੀ ਮੈਂ ਨਹੀਂ ਜਾਣਾ, ਪਰ ਹੁਣ ਆਰਾਮ ਨਾਲ ਚਲ ਜਾਂਦੀ, ਹੁਣ ਨਹੀਂ ਜਾ, ਹੁਣ ਤਾਂ 3 ਘੰਟੇ ਬੈਠਣ ਵੀ ਲੱਗ ਗਏ। ਅਤੇ ਬਸ ਮੈਂ ਆਪਣਾ ਕਿਚਨ 'ਚ ਆ ਗਈ, ਫਿਰ ਮੈਂ ਕਿਹਾ ਬਾਕੀ ਕੰਮ ਬਾਅਦ 'ਚ ਕਰੂੰਗੀ, ਪਹਿਲਾਂ ਇਹਨੂੰ ਸਕੂਲ ਹੀ ਭੇਜਦਾ, ਕਿਉਂਕਿ ਇਹ ਸਕੂਲ ਚੱਲ ਜਾਏਗੀ, ਮੈਂ ਆਰਾਮ ਨਾਲ ਆਪਣੇ ਕੰਮ ਕਰ ਲਊਂਗੀ। ਅਤੇ ਫਿਰ ਇਹਨੂੰ ਮੈਂ ਪਰੌਂਠੀ ਬਣਾ ਕੇ ਦੇ ਰਹੀ ਸੀਗੀ, ਅਤੇ ਬਸ ਹੁਣ ਮੈਂ ਇਹਨੂੰ ਪਰੌਂਠੀ ਬਣਾ ਕੇ ਇਹਨੂੰ ਪੈਕ ਕਰਕੇ ਜੋ ਵੀ ਇਹਨੂੰ ਉੱਥੇ ਲੰਚ ਵਾਸਤੇ ਦੇਣਾ ਸਭ ਕੁਝ ਪਾ ਦੂੰਗੀ, ਬੋਟਲ ਇਹਦੀ ਸੈੱਟ ਕਰ ਦੂੰਗੀ। ਅਤੇ ਨਾਲ ਨਾਲ ਨਾ ਵਿੱਚ ਆਈ ਜਾ ਰਹੀ ਸੀਗੀ ਕਿ ਮੰਮਾ ਹੋਰ ਦੇ ਦਿਉ, ਹੋਰ ਲੈ ਜਾਂਦੀ ਹੈ ਚੱਕ ਕੇ। ਚਲੋ ਇਹ ਕਿ ਆਰੇ ਲੱਗੀ ਹੋਈ ਸੀਗੀ, ਮੈਂ ਵੀ ਆਪਣੇ ਕੰਮ ਆਰਾਮ ਨਾਲ ਕਰ ਰਹੀ ਸੀਗੀ, ਫਿਰ ਆ ਜੂਗੀ ਵਿੱਚ ਮੰਮਾ ਕੁਛ ਦੇ ਦਿਉ, ਫਿਰ ਮੈਂ ਜਾਣ ਜਾਣ ਕੇ ਕੁਛ ਵੀ ਦੇਈ ਜਾਵਾਂ ਚੱਕ ਚੱਕ ਕੇ ਵੀ ਆਹ ਲੈ ਜਾ ਉਹ ਲੈ ਜਾ। ਤਾਂ ਬਸ ਅਸੀਂ ਇਸ ਤਰ੍ਹਾਂ ਹੀ ਦੋਨੋਂ ਮਾਵਾਂ ਦੀਆਂ ਆਪਸ 'ਚ ਲੱਗੀਆਂ ਰਹਿੰਦੀਆਂ, ਸਾਡਾ ਵਧੀਆ ਟਾਈਮ ਸਪੈਂਡ ਹੁੰਦਾ, ਅਸੀਂ ਖੁਸ਼ ਰਹੀਦਾ। ਅਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਬਿਜ਼ੀ ਹਾਂ, ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਜ਼ਿਆਦਾ।
ਅਤੇ ਬਸ ਅਸੀਂ ਖੁਸ਼ ਰਹਿੰਦੇ ਹਾਂ ਇੰਨਾ ਸਾਨੂੰ ਕਿ ਅਸੀਂ ਆਪਣੇ ਆਪ 'ਚ ਲੱਗੇ ਰਹੀਦਾ। ਅਤੇ ਬਸ ਹੁਣ ਮੈਂ ਆਪਣਾ ਜਿਹੜਾ ਬੋਕਸ ਲੱਭ ਰਹੀ ਹਾਂ ਟਿਫਨ ਬੋਕਸ, ਕਿ ਮੈਂ ਉਹਦੇ 'ਚ ਇਹਦੀ ਰੋਟੀ ਪੈਕ ਕਰਦਾ। ਅਤੇ ਬਸ ਅਸੀਂ ਐਵੇਂ ਲੱਗੀਆਂ ਰਹੀਆਂ ਇੱਕ ਦੂਜੇ ਨਾਲ, ਅਤੇ ਉਸ ਤੋਂ ਬਾਅਦ ਮੈਂ ਇਹਦੀ ਰੋਟੀ ਪੈਕ ਕਰ ਦੂੰਗੀ। ਸੋ ਹਾਂਜੀ, ਇੱਥੇ ਮੈਂ ਮੋਕਸ਼ੀ ਨੂੰ ਸਕੂਲ ਭੇਜ ਦਿੱਤਾ ਸੀ, ਅਤੇ ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਮੈਂ ਚਾਹ ਵਾਲੇ ਜਿਹੜੇ ਬਰਤਨ ਪਾਏ ਸੀ ਸਵੇਰ ਵਾਲੇ ਸਾਰੇ ਮਾਂਜੇ, ਨਾਲ ਦੁੱਧ ਵਾਲਾ ਪਤੀਲਾ ਸੀਗਾ। ਮੈਨੂੰ ਇਹੋ ਵੇ ਕਿ ਕਿਚਨ ਦਾ ਤਾਂ ਚਲੋ ਬਾਹਰ ਜਿਹੜੇ ਵੱਡੇ ਵੱਡੇ ਡੱਬੇ ਕੱਢੇ ਸੀਗੇ ਉਹ ਤਾਂ ਮਾਂਜਣੇ ਹੀ ਮਾਂਜਣੇ ਸੀ, ਮੈਂ ਕਿਹਾ ਚਲੋ ਇਹ ਇੱਥੇ ਹੀ ਮਾਂਜ ਲੈਂਦੀ ਹਾਂ ਜੂਠੇ ਬਰਤਨ, ਤਾਂ ਫਿਰ ਇਹਨਾਂ ਨੂੰ ਮੈਂ ਮਾਂਜ ਕੇ ਇੱਥੇ ਸਾਫ਼ ਕਰ ਲੂੰਗੀ। ਅਤੇ ਫਿਰ ਜਿਹੜਾ ਟੋਕਰਾ ਹੁੰਦਾ ਬਾਅਦ 'ਚ ਉਹਨੂੰ ਮੈਂ ਬਾਹਰ ਰੱਖਿਆ ਨਹੀਂ ਹੁੰਦੀ ਹਾਂ ਭਾਂਡਿਆਂ ਵਾਲੇ ਨੂੰ, ਅਤੇ ਮੈਂ ਇੱਥੋਂ ਸਾਰੀ ਸਲੈਬ ਨੂੰ ਖਾਲੀ ਕਰ ਦਿੰਦੀ ਹਾਂ, ਕਿ ਜਿਹੜਾ ਮੇਰਾ ਥੋੜ੍ਹਾ ਥੋੜ੍ਹਾ ਛੋਟੇ ਛੋਟੇ ਜਿਵੇਂ ਮਸਾਲੇ ਹੋ ਗਏ, ਛੋਟੇ ਛੋਟੇ ਸਮਾਨ ਹੈ, ਮੈਂ ਇੱਧਰਲੀ ਸਲੈਬ 'ਤੇ ਰੱਖ ਦੂੰਗੀ, ਉੱਪਰਲੀ ਸਲੈਬ ਨੂੰ ਖਾਲੀ ਕਰਕੇ ਵੀ ਸਾਰਾ ਸਾਫ਼ ਕਰੂੰਗੀ ਚੰਗੀ ਤਰ੍ਹਾਂ, ਕਿ ਮੈਨੂੰ ਐਵੇਂ ਸੀਗੇ ਜਿਹੜੀ ਧੂੜ ਮਿੱਟੀ ਹੈ ਨਾ ਮੈਂ ਸਾਰੇ ਮੇਰੇ ਕਿਸੇ ਚੀਜ਼ 'ਚ ਨਾ ਪਵੇ ਵੀ ਮੈਂ ਜੋ ਝਾੜਾਂਗੀ। ਇਸ ਲਈ ਮੈਂ ਸਾਰਿਆਂ ਨੂੰ ਆਪਣੇ ਇੱਥੋਂ ਸਲੈਬ ਨੂੰ ਸਾਫ਼ ਕਰੂੰਗੀ ਚੰਗੀ ਤਰ੍ਹਾਂ। ਅਤੇ ਬਸ ਹੁਣ ਇੱਥੇ ਮੋਕਸ਼ੀ ਸਕੂਲ ਚੱਲ ਗਈ ਸੀ, ਉਸ ਤੋਂ ਬਾਅਦ ਮੈਂ ਆਸਾਨੀ ਨਾਲ ਕੰਮ ਕਰ ਲੈਂਦੀ ਹੁੰਦੀ ਹਾਂ, ਅਤੇ ਮੈਨੂੰ ਵੀ ਆਪਣਾ ਨਹਾ ਧੋ ਕੇ ਚੱਲ ਗਏ ਸੀ ਸ਼ੋਪ 'ਤੇ। ਇਹ ਵੈਸੇ ਰੋਟੀ ਖਾ ਕੇ ਨਹੀਂ ਗਏ, ਇਹ ਤੁਹਾਨੂੰ ਦੱਸਿਆ ਹੀ ਹੈ ਜਿਨ੍ਹਾਂ ਨੇ ਮੇਰੇ ਪਹਿਲੇ ਵੀ ਵਲੋਗਸ ਦੇਖੇ ਨੇ, ਮੈਂ ਸਾਰਾ ਦੱਸਿਆ ਹੀ ਹੋਇਆ ਕਿ ਬਹੁਤ ਘੱਟ ਨਾਸ਼ਤਾ ਕਰਕੇ ਜਾਂਦੇ ਆ, ਮੈਨੂੰ ਦਿਲ ਹੋਊਗਾ ਤਾਂ ਕਰ ਜਾਂਦੇ ਆ, ਨਹੀਂ ਨਹੀਂ ਕਰਦੇ, ਕਿਉਂਕਿ ਉੱਠਦੇ ਸਾਰ ਨਹਾਉਂਦੇ ਨੇ ਆਪਣਾ ਚੱਲ ਜਾਂਦੇ ਨੇ, ਅਤੇ ਫਿਰ ਭੁੱਖ ਤਾਂ ਇੰਨੀ ਨਹੀਂ ਲੱਗਦੀ। ਅਤੇ ਮੈਨੂੰ ਵੀ ਮੈਂ ਵੀ 6:30 ਵਜੇ ਦੀ ਉੱਠੀ ਹੋਈ ਸੀ, 7 ਵਜੇ ਦੀ, ਤਾਂ ਪਰ ਮੈਨੂੰ ਇੰਨੀ ਭੁੱਖ ਉਦੋਂ ਨਹੀਂ ਲੱਗੀ ਸੀ, ਪਰ ਬਾਅਦ 'ਚ 10 ਵਜੇ ਤੋਂ ਬਾਅਦ ਤਾਂ ਮੈਨੂੰ ਬਹੁਤ ਭੁੱਖ ਲੱਗੀ। ਇੱਕੋ ਦਮ ਇੰਨੀ ਭੁੱਖ ਲੱਗੀ, ਮੇਰੇ ਤੋਂ ਕੰਮ ਹੀ ਨਾ ਕੋਈ ਹੋਵੇ, ਮੈਂ ਵਿੱਚ ਛੱਡ ਕੇ ਪਹਿਲਾਂ ਰੋਟੀ ਖਾਈ। ਅਤੇ ਬਸ ਹੁਣ ਦੇਖੋ ਤੁਸੀਂ, ਦੇਖੋ ਮੈਂ ਆਪਣਾ ਬਰਤਨ ਬੁਰਤਨ ਕਰਕੇ ਜਿਹੜਾ ਸਮਾਨ ਬਾਹਰ ਰੱਖਣ ਧੋਣਾ ਵਾਸਤੇ ਰੱਖਣਾ ਸੀ ਉਹ ਸਾਰਾ ਰੱਖੀ ਜਾਂਦੀ ਹਾਂ। ਅਤੇ ਹੁਣ ਮੈਂ ਇੱਥੇ ਆ ਜਾਊਂਗੀ ਆਪਣਾ ਉੱਪਰ ਵਾਲੀ ਸਲੈਬ 'ਤੇ, ਜਿਹੜੀ ਅਖਬਾਰ ਮੈਂ ਵਿਛਾਈ ਹੋਈ ਹੈ ਉਹਨੂੰ ਮੈਂ ਤਾਰੂੰਗੀ ਸਾਰੀ ਨੂੰ, ਕਿਉਂਕਿ ਹੁਣ ਬਹੁਤ ਗੰਦੀ ਹੋ ਗਈ, ਇਹ ਨਹੀਂ ਵਿਛਾਉਣੀ ਹੁਣ। ਮੈਂ ਨਾ ਇਹਦੇ ਉੱਤੇ ਵਾਲਾ ਕਵਰ ਲਿਆਉਣਾ, ਕਵਰ ਹੈਗਾ ਸੀਗਾ ਉਹ ਖਰਾਬ ਹੋ ਗਿਆ, ਫਟ ਗਿਆ ਸੀਗਾ। ਉਸ ਤੋਂ ਬਾਅਦ ਫਿਰ ਕੋਈ ਅਸੀਂ ਬਾਜ਼ਾਰ 'ਚ ਕਦੇ 'ਚ ਗਏ ਹੀ ਨਹੀਂ, ਜ਼ਿਆਦਾ ਬਹੁਤ ਘੱਟ ਜਾਈਦਾ। ਮੈਂ ਸੋਚੂਗੀ ਨਾ, ਮੈਂ ਸੋਚਦੀ ਇਹਨਾਂ ਤੋਂ ਵੀ ਮੰਗਾ ਲੂੰਗੀ ਜਾਂ ਪਾਪਾ ਲਿਆ ਦੇਣਗੇ। ਅਤੇ ਮੈਂ ਪਿਛਲੀ ਵਾਰ ਤਾਂ ਜਦੋਂ ਮੈਂ ਰਸੋਈ ਸਾਫ਼ ਕਰੀ ਸੀ ਮੈਂ ਅਖਬਾਰ ਹੀ ਵਿਛਾ ਲਈ ਸੀ, ਅਤੇ ਇਸ ਵਾਰ ਵੈਸੇ ਮੈਂ ਕੁਛ ਨਹੀਂ ਵਿਛਾਊਂਗੀ, ਹੁਣ ਮੈਂ ਸਿੱਧਾ ਕਵਰ ਹੀ ਮੰਗਾ ਲੂੰਗੀ, ਕੱਲ੍ਹ ਜਾਂ ਪਰਸੋਂ ਤੱਕ 1-2 ਦਿਨਾਂ ਨੂੰ ਮੰਗਾਵਾਂਗੀ। ਅਤੇ ਬਸ ਮੈਂ ਨਾਲ ਹੀ ਆਪਣਾ ਝਾੜੂ ਲੈ ਕੇ ਉੱਤੋਂ ਸਾਰੇ ਕੰਧ ਕੁੰਧ ਸਾਫ਼ ਕਰੀ ਚੰਗੀ ਤਰ੍ਹਾਂ, ਅਤੇ ਸਾਰੀ ਸਲੈਬ ਦੇ ਉੱਤੇ ਮਿੱਟੀ ਸੀ ਜਿਹੜੀ ਉਹ ਸਲਾ ਸਾਫ਼ ਕਰਕੇ ਫਿਰ ਮੈਂ ਜਿਹੜੀ ਮਿੱਟੀ ਸੀ ਬਾਅਦ ਦੇ ਵਿੱਚ ਮੈਂ ਡਸਟ ਪਲੇਟ ਦੇ ਵਿੱਚ ਪਾ ਕੇ ਬਾਹਰ ਸੁੱਟ ਆਊਂਗੀ। ਬਸ ਇਸ ਤਰੀਕੇ ਨਾਲ ਮੈਂ ਆਪਣੀ ਸਾਰੀ ਸਫਾਈ ਕਰਦੀ ਰਹੂੰਗੀ। ਮੈਨੂੰ ਐਂ ਹੁੰਦਾ ਕਿ ਚਲੋ ਮਹੀਨੇ ਤੋਂ ਬਾਅਦ ਕਰਨਾ ਤਾਂ ਆਪਾਂ ਡੀਪ ਕਲੀਨਿੰਗ ਹੀ ਕਰ ਲੈਂਦੇ ਨਾ ਚੰਗੀ ਤਰ੍ਹਾਂ, ਵੀ ਫਿਰ ਮਹੀਨੇ ਬਾਅਦ 2 ਮਹੀਨੇ ਬਾਅਦ ਕੰਮ ਕਰੀਦਾ, ਅਤੇ ਫਿਰ ਚੰਗੀ ਤਰ੍ਹਾਂ ਹੀ ਕਰੀਏ ਨਾ। ਅਤੇ ਉਸ ਤੋਂ ਬਾਅਦ ਫਿਰ ਮੈਂ ਬਾਹਰ ਆ ਜਾਂਦੀ ਹਾਂ, ਸਾਰੇ ਜਿਹੜੇ ਭਾਂਡੇ ਕੱਢੇ ਸੀਗੇ ਬਾਹਰ। ਮੈਂ ਬਾਹਰ ਆਈ ਤਾਂ ਦੇਖਿਆ ਮੋਕਸ਼ੀ ਨੇ ਬਹੁਤ ਸਾਰੇ ਚਮਚ ਖਿਲਾਰੇ ਪਏ ਸੀ, ਉਹ ਖੇਲ ਰਹੀ ਸੀ ਚਮਚਾਂ ਨਾਲ, ਅਤੇ ਫਿਰ ਮੈਂ ਚਮਚਾਂ ਨੂੰ ਇੱਕ ਪਾਸੇ ਸੈੱਟ ਕਰਕੇ ਰੱਖਿਆ। ਅਤੇ ਉਸ ਤੋਂ ਬਾਅਦ ਫਿਰ ਮੈਂ ਬਾਲਟੀ ਪਾਣੀ ਦੀ ਭਰੀ, ਬਾਲਟੀ ਪਾਣੀ ਦੀ ਭਰ ਕੇ ਮੈਂ ਆਪਣੇ ਪਤੀਲੇ ਵਿੱਚ ਜਿਹੜਾ ਮੈਂ ਰੱਖਿਆ ਹੋਇਆ ਤਾਂਸਲਾ ਸਾਹਮਣੇ ਉਹਦੇ ਵਿੱਚ ਪਾਈ, ਤਾਂ ਫਿਰ ਨਾਲੇ ਆਪਣੀ ਸਰਫ ਲਿਆਈ ਚੱਕ ਕੇ, ਸਰਫ ਪਾ ਕੇ ਫਿਰ ਸਾਰੇ ਡੱਬੇ ਮਾਂਜਣੇ ਸ਼ੁਰੂ ਕੀਤੇ ਹੌਲੀ ਹੌਲੀ ਕਰਕੇ, ਹੁੱਲ ਕਰਕੇ ਮਾਂਜੇ ਸਭ ਤੋਂ ਪਹਿਲਾਂ ਤਾਂ ਮੈਂ, ਫਿਰ ਮੈਂ ਉਹਨੂੰ ਧੋਇਆ। ਬਸ ਐਵੇਂ ਆਪਣੇ ਕੰਮ ਲੱਗੀ ਰਹੀ। ਮੈਨੂੰ ਐਵੇਂ ਸੀਗਾ ਇੱਥੇ ਜ਼ਿਆਦਾ ਧੁੱਪ ਨਾ ਆ ਜਾਵੇ, ਕਿਉਂਕਿ ਫਿਰ ਗਰਮੀ ਬਹੁਤ ਸੀ ਨਾ, ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ, ਮੈਨੂੰ ਇਹ ਸੀ ਗਰਮੀ 'ਚ ਕੰਮ ਕਰਨਾ ਵੀ ਔਖਾ ਹੋ ਜਾਊਗਾ, ਤਾਂ ਮੈਂ ਫਟਾਫਟ ਕੰਮ ਲੱਗੀ ਹੋਈ ਸੀ ਆਪਣੇ। ਮੈਨੂੰ ਇਹ ਵੀ ਸੀਗਾ ਕੁਛ ਮੋਕਸ਼ ਜਾਣ ਤੋਂ ਪਹਿਲਾਂ ਮੈਂ ਆਪਣਾ ਕਿਚਨ ਦਾ ਕਰ ਲਵਾਂ, ਬਾਕੀ ਸਾਰੇ ਕੰਮ ਮੇਰੇ ਬਹੁਤ ਲੇਟ ਹੋ ਗਏ ਸੀਗੇ, ਬਸ ਕੱਲ੍ਹ ਕਿਚਨ ਦੀ ਵਧੀਆ ਕਲੀਨਿੰਗ ਕਰ ਲਈ। ਇੰਨਾ ਕਿ ਮੇਰਾ ਕਿਚਨ ਚਮਕ ਰਿਹਾ ਸੀ ਪੂਰਾ,
ਕਿਚਨ ਦੀ ਵਧੀਆ ਕਲੀਨਿੰਗ ਹੋ ਗਈ, ਘਰ ਦੇ ਕੰਮ ਬਾਕੀ ਮੇਰੇ ਬਹੁਤ ਘੱਟ ਹੋਏ ਅੱਜ, ਕਿਉਂਕਿ ਉਸ ਤੋਂ ਬਾਅਦ 12 ਵਜੇ ਮੈਨੂੰ 12 ਵਜ ਗਏ ਸੀ ਕੰਮ ਕਰਦੇ ਕਰਦੇ, ਅਤੇ ਮੋਕਸ਼ੀ ਵੀ ਆ ਗਈ ਸੀ। ਉਸ ਤੋਂ ਬਾਅਦ ਫਿਰ ਇਹਨੇ ਮੈਨੂੰ ਕੁਛ ਨਹੀਂ ਕਰਨ ਦਿੱਤਾ, ਫਿਰ ਮੈਂ ਦੇਸੀ ਵੀ ਅਸਤ ਹੋ ਗਈ ਸੀ। ਮੈਂ ਨਹਾ ਕੇ ਵੀ ਬਾਅਦ 'ਚ ਆਈ ਹਾਂ, ਜਦੋਂ ਮੋਕਸ਼ੀ ਆ ਗਈ ਸੀ ਉਸ ਤੋਂ ਕਾਫੀ ਦੇਰ ਬਾਅਦ ਨਹਾ ਕੇ ਆਈ ਸੀਗੀ ਮੈਂ। ਅਤੇ ਚਲੋ ਕੋਈ ਨਹੀਂ, ਫਿਰ ਮੈਂ ਕੰਮ ਬਾਕੀ ਥੋੜ੍ਹਾ ਕਰਿਆ, ਚਲੋ ਅੱਜ ਡੀਪ ਕਲੀਨਿੰਗ ਇਹਦੀ ਹੋ ਗਈ, ਅਤੇ ਕੱਲ੍ਹ ਫਿਰ ਮੈਂ ਸਾਰੇ ਘਰ ਦੀ ਕਲੀਨਿੰਗ ਕਰੂੰਗੀ। ਡੀਪ ਕਲੀਨਿੰਗ ਤਾਂ ਵੀ ਤੁਹਾਨੂੰ ਦਿਖਾਊਂਗੀ ਸਾਰਾ, ਤੁਸੀਂ ਦੇਖੋਗੇ ਹੀ ਮੇਰੇ। ਹੁਣ ਡੇਲੀ ਨਵੇਂ ਨਵੇਂ ਵਲੋਗਸ ਆਉਂਦੇ ਹੀ ਰਹਿਣਗੇ, ਤਾਂ ਤੁਸੀਂ ਦੇਖਦੇ ਰਹੋਗੇ। ਅਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਕਰ ਲਿਓ ਜੇ ਵਧੀਆ ਲੱਗ ਰਹੀ ਹੈ ਤਾਂ, ਕਿਉਂਕਿ ਮੈਂ ਆਪਣੀ ਸਾਰੀ ਜੋ ਵੀ ਕਿੱਤਾ ਕਲੀ ਕਲੀ ਚੀਜ਼ ਤੁਹਾਨੂੰ ਦਿਖਾਈ ਹੈ, ਜੇ ਕਿਸੇ ਲਈ ਵੀ ਹੈਲਪਫੁੱਲ ਹੋਈ ਹੋਊਗੀ ਤਾਂ ਵੀ ਮੈਨੂੰ ਮੈਸੇਜ ਕਰ ਦੇਣਾ, ਕਮੈਂਟ ਕਰ ਦੇਣਾ। ਕਿਉਂਕਿ ਆਪਾਂ ਕਲੀਨਿਕ ਹਰ ਕੋਈ ਕਰਦਾ ਨਾ, ਸਾਰਿਆਂ ਦੀ ਕਲੀਨਿੰਗ ਕਰਨ ਦੀ ਆਪਣਾ ਆਪਣਾ ਢੰਗ ਹੁੰਦਾ, ਹਰ ਕਿਸੇ ਦਾ ਸੇਮ ਨਹੀਂ ਹੁੰਦਾ, ਕੋਈ ਕਿਵੇਂ ਕਰਦਾ ਕੋਈ ਕਿਵੇਂ ਢੰਗ ਨਾਲ ਕਰਦਾ। ਮੇਰਾ ਢੰਗ ਜੇ ਕਿਸੇ ਨੂੰ ਪਸੰਦ ਆਇਆ ਤਾਂ ਮੈਨੂੰ ਪਲੀਜ਼ ਕਮੈਂਟ ਕਰਨਾ, ਅਤੇ ਮੇਰੀ ਵੀਡੀਓ ਨੂੰ ਲਾਈਕ ਕਰ ਲੈਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਨੇ। ਅਤੇ ਹੁਣ ਮੈਂ ਆਪਣਾ ਸਾਰੀ ਚੰਗੀ ਤਰ੍ਹਾਂ ਬਰਤਨਾਂ ਨੂੰ ਜਿਹੜੇ ਭਾਂਡੇ ਸੀ ਉਹਨਾਂ ਨੂੰ ਮਾਂਜ ਰਹੀ ਸੀ, ਮਾਂਜਣ ਤੋਂ ਬਾਅਦ ਬਸ ਆਪਣਾ ਧੋਊਂਗੀ, ਧੋ ਕੇ ਫਿਰ ਆਪਣੇ ਸਾਰਿਆਂ ਨੂੰ ਦੁਬਾਰਾ ਇਹਨਾਂ ਦੇ ਉੱਤੇ ਨਾ ਇੱਕ ਕੱਪੜਾ ਲੈ ਲੂੰ, ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰੂੰਗੀ, ਫਿਰ ਸੁੱਕੇ ਕੱਪੜੇ ਨਾਲ ਕਰਕੇ ਫਿਰ ਮੈਂ ਅੰਦਰ ਲਿਜਾਊਂਗੀ। ਹੁਣ ਮੈਂ ਆਪਣੇ ਸਾਰੇ ਬੋਕਸ ਨੂੰ ਅੰਦਰ ਲੈ ਕੇ ਜਾ ਰਹੀ ਹਾਂ ਜਿਹੜੇ ਮੈਂ ਧੋਏ ਨੇ। ਇਹ ਸਾਰਾ ਮੇਰੇ ਇਹਨਾਂ 'ਚ ਮੈਂ ਕਿਸੇ 'ਚ ਦਾਲ ਪਾਈ ਹੋਈ ਹੈ, ਕਿਸੇ 'ਚ ਚੀਨੀ ਪਾਈ ਹੈ, ਕਿਸੇ ਪੱਤੀ, ਸਾਰਿਆਂ 'ਚ ਮੈਂ ਆਪਣਾ ਰਾਸ਼ਨ ਹੀ ਪਾਇਆ ਹੋਇਆ। ਅਤੇ ਫਿਰ ਮੈਂ ਇਹਨਾਂ ਨੂੰ ਅੰਦਰ ਲੈ ਜਾਊਂਗੀ ਅਤੇ ਅੰਦਰ ਲਿਜਾ ਕੇ ਫਿਰ ਜੋੜੂੰਗੀ ਉੱਪਰ ਆਪਣੇ ਸਲੈਬ 'ਤੇ, ਅਤੇ ਇਹਨੂੰ ਚੰਗੀ ਤਰ੍ਹਾਂ ਜੋੜ ਕੇ। ਗਲਾ ਵੀ ਖਰਾਬ ਹੋਇਆ ਪਿਆ, ਪਤਾ ਨਹੀਂ ਆਵਾਜ਼ ਨੂੰ ਕੀ ਹੋਇਆ। ਚੰਗੀ ਤਰ੍ਹਾਂ ਜੋੜੂੰਗੀ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਉੱਪਰ। ਹੁਣ ਦੇਖਿਓ ਬਾਅਦ 'ਚ ਤੁਹਾਨੂੰ ਸਾਰਾ ਲੁੱਕ ਦਿਖਾਊਂਗੀ ਮੇਰੀ ਰਸੋਈ ਦਾ, ਬਹੁਤ ਸੋਹਣਾ ਲੱਗ ਰਿਹਾ ਸੀਗਾ। ਸਾਫ਼ ਸਾਫ਼ ਚੀਜ਼ ਵੈਸੇ ਤਾਂ ਸੋਹਣੀ ਲੱਗਦੀ ਹੋਈ ਹੈ, ਅਤੇ ਹੁਣ ਮੈਂ ਤੁਹਾਨੂੰ ਦਿਖਾਊਂਗੀ ਬਹੁਤ ਸੋਹਣਾ ਲੱਗ ਰਿਹਾ ਸੀਗਾ ਕਿਚਨ। ਅਤੇ ਬਸ ਹੁਣ ਨਾਲ ਨਾਲ ਮੈਂ ਆਪਣੇ ਸਾਰੀ ਕਲੀਨਿੰਗ ਕਰਨ ਲੱਗ ਜਾਂਦੀ ਹਾਂ, ਉਸ ਤੋਂ ਬਾਅਦ ਜਿੰਨਾ ਮੇਰੇ ਤੋਂ ਹੁੰਦਾ ਮੈਂ ਕਿਹਾ ਚਲੋ ਫਟਾਫਟ ਕਰ। ਮੇਰੀ ਉੱਪਰ ਵਾਲੀ ਸਲੈਬ ਵਾਲੀ ਸਾਰੀ ਕਿਚਨ ਸੈੱਟ ਹੋ ਗਿਆ, ਕਲੀਨਿੰਗ ਵਧੀਆ ਹੋ ਗਈ। ਅਤੇ ਹੁਣ ਫਿਰ ਮੈਂ ਆਪਣੀ ਸਾਹਮਣੇ ਜਿਹੜੀ ਸਲੈਬ ਹੈ ਉਹ ਚੰਗੀ ਤਰ੍ਹਾਂ ਸਾਫ਼ ਕਰੂੰਗੀ, ਸਾਹਮਣੇ ਦੇਖ ਹੀ ਰਹੇ ਹੋ ਤੁਸੀਂ। ਅਤੇ ਸਾਹਮਣੇ ਨਾਲ ਹੀ ਦੀਵਾਰ ਵੀ ਜਿਹੜੀ ਵਧੀਆ ਤਰੀਕੇ ਨਾਲ ਉਹਨੂੰ ਸਾਫ਼ ਕਰੂੰਗੀ। ਵੈਸੇ ਉਹ ਤਾਂ ਮੈਂ ਕਰਦੇ ਹੀ ਰਹਿੰਦੀ ਹਾਂ ਦੂਜੇ ਤੀਜੇ ਦਿਨ ਬਾਅਦ, ਪਰ ਫਿਰ ਵੀ ਜਿੱਦਣ ਆਪਾਂ ਜ਼ਿਆਦਾ ਡੀਪ ਕਲੀਨਿੰਗ ਕਰਨ ਲੱਗੇ ਫਿਰ ਉਦੋਂ ਇਹ ਹੁੰਦਾ ਸਾਰਾ ਕੁਛ ਇਹ ਵੀ ਚਮਕਾ ਦਈਏ ਉਹ ਵੀ ਚਮਕਾ ਦਈਏ। ਮੇਰੇ ਤਰ੍ਹਾਂ ਹਰ ਲੇਡੀਜ਼ ਨੂੰ ਹੋਊਗੀ ਇਹ ਚੀਜ਼, ਕਿਉਂਕਿ ਹਰ ਲੇਡੀਜ਼ ਨੂੰ ਇਹ ਹੁੰਦਾ ਕਿ ਜੇ ਹੁਣ ਆਪਾਂ ਕੰਮ ਕਰਨ ਲੱਗੇ ਹੀ ਹਾਂ ਤਾਂ ਫਿਰ ਉਹ ਵੀ ਕਰ ਲਈਏ ਨਾਲ, ਆਹ ਵੀ ਕਰ ਲਈਏ। ਹਰ ਔਰਤ ਨੂੰ ਸ਼ੌਂਕ ਹੈ ਆਪਣੇ ਘਰ ਨੂੰ ਚਮਕਾਉਣ ਦਾ, ਹੈ ਨਾ। ਜਿਹਨੂੰ ਜਿਹਨੂੰ ਸ਼ੌਂਕ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਮੈਨੂੰ ਵੀ ਸ਼ੌਂਕ ਹੈ।
ਤੇ ਹੁਣ ਬਸ ਮੈਂ ਆਪਣੇ ਮੈਨੂੰ ਬਸ ਮੇਰੇ ਕਿਚਨ ਨਾਲ ਬਹੁਤ ਪਿਆਰ ਹੈ, ਮੈਨੂੰ ਸਬਜ਼ੀਆਂ ਦਾ, ਕੁਕਿੰਗ ਕਰਨ ਦਾ, ਮੈਨੂੰ ਕੁਛ ਵੀ ਕਿਸੇ ਨੂੰ ਸਾਰਿਆਂ ਨੂੰ ਬਣਾ ਕੇ ਖਵਾਉਣ ਦਾ ਮੈਨੂੰ ਬਹੁਤ ਸ਼ੌਂਕ ਹੈ। ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ, ਮੈਨੂੰ ਕਿਚਨ ਦੇ ਮਾਮਲੇ 'ਚ ਮੈਨੂੰ ਬਹੁਤ ਸਫਾਈ ਵੀ ਚਾਹੀਦੀ ਕਿਚਨ 'ਚ, ਅਤੇ ਮੈਨੂੰ ਕਿਚਨ ਵਧੀਆ ਤਰੀਕੇ ਨਾਲ ਲੱਗਿਆ ਚਾਹੀਦਾ ਮੈਨੂੰ ਕਿਚਨ। ਅਤੇ ਹੁਣ ਮੈਂ ਆਪਣਾ ਆ ਜਾਊਂਗੀ ਕਿਚਨ ਦੇ ਵਿੱਚ, ਅਤੇ ਕਿਚਨ ਦੇ ਵਿੱਚ ਨਾ ਜਿਹੜਾ ਨਾਲ ਮੇਰਾ ਪਿਆਨੋ ਹੋਇਆ ਲੱਕੜ ਦਾ, ਹਾਵ ਇਹਨੂੰ ਕਹਿੰਦੇ ਵੁਡਨ ਦਾ ਬੋਕਸ ਪਿਆ, ਇਹਦੇ 'ਚ ਨਾ ਮੈਂ ਕੰਚ ਦਾ ਸਮਾਨ ਰੱਖਿਆ ਹੋਇਆ ਸਾਰਾ, ਜਿਵੇਂ ਮੰਨ ਲਓ ਕੰਚ ਦੇ ਗਲਾਸ, ਕੰਚ ਦੇ ਬੋਕਸ ਜਾਂ ਹੋਰ ਜਿਵੇਂ ਆਪਣਾ ਡਰਾਈ ਫਰੂਟਸ ਵਾਲਾ, ਉਹ ਨਾ ਜਿਵੇਂ ਕੋਈ ਗੈਸਟ ਆਉਂਦਾ ਉਦੋਂ ਮੇਰੇ ਕੰਮ ਆਉਂਦਾ, ਉਦੋਂ ਮੈਂ ਕੱਢ ਲੈਂਦੀ ਹੁੰਦੀ ਹਾਂ। ਸਾਡੀ ਰਸੋਈ ਦਾ ਕੰਮ ਨਹੀਂ ਹੋਇਆ ਹੋਇਆ, ਜਿਵੇਂ ਵੁਡਨ ਦਾ ਕੰਮ ਨਹੀਂ ਹੋਇਆ, ਅਸੀਂ ਕਰਾਇਆ ਨਹੀਂ, ਕਰਾਵਾਂਗੇ ਕੋਈ ਨਹੀਂ ਜਦੋਂ ਹੋਏਗਾ। ਹੁਣ ਕੰਮ ਵੈਸੇ ਕਰਾਉਣਾ ਕਿਚਨ ਦਾ, ਮੈਂ ਕਹਿੰਦੀ ਰਹਿੰਦੀ ਇਹਨਾਂ ਨੂੰ ਕਿ ਆਪਾਂ ਕਿਚਨ ਦਾ ਕੰਮ ਕਰਾਈਏ, ਬੋਕਸ ਬਣੇ ਹੋਣਗੇ, ਹੋਰ ਵੀ ਕਿਚਨ ਦਾ ਲੁੱਕ ਵਧੀਆ ਆਉਂਦਾ। ਅਤੇ ਚਲੋ ਕੋਈ ਨਹੀਂ, ਜਦੋਂ ਹੋਏਗਾ ਉਦੋਂ ਕਰਾਵਾਂਗੇ। ਅਤੇ ਨਾਲ ਹੀ ਮੈਂ ਨਾ ਨੀਚੇ ਉਹ ਫਿਰ ਉਹ ਕੱਪੜਾ ਲਾਇਆ ਹੋਇਆ ਮੈਂ ਬਣਾ ਕੇ, ਮੰਮੀ ਨੇ ਬਣਾ ਕੇ ਦਿੱਤਾ ਸੀਗਾ, ਰੈੱਡ ਕਲਰ ਵਾਲਾ, ਸਾਹਮਣੇ ਦੇਖੋ ਤੁਸੀਂ, ਦਿਖ ਹੀ ਰਿਹਾ ਹੋਊਗਾ ਕੱਪੜਾ ਲਾਇਆ ਹੋਇਆ, ਐਵੇਂ ਹੈ ਕਿ ਜ਼ਿਆਦਾ ਖਲਾਰਾ ਜਿਹਾ ਦਿਖਦਾ ਨਹੀਂ ਹੈਗਾ। ਮੈਂ ਨੀਚੋ ਵੈਸੇ ਸਫਾਈ ਨਹੀਂ ਕਰੀ, ਹੁਣ ਅਗਲੀ ਵਾਰ ਜਦੋਂ ਨੀਚੋ ਨੀਚੋ ਸਾਰੀ ਨੀਚੋ ਵੀ ਸਫਾਈ ਕਰੂੰਗੀ ਤੁਹਾਨੂੰ ਸਾਰਾ ਵੀ ਦਿਖਾਊਂਗੀ। ਨੀਚੇ ਆਲਮੋਸਟ ਸਾਫ਼ ਸੀਗਾ, ਥੋੜ੍ਹੇ ਦਿਨ ਪਹਿਲਾਂ ਹੀ ਹੋਇਆ ਸੀਗਾ, ਅਤੇ ਜਦੋਂ ਵੀ ਕਰੂੰਗੀ ਮੈਂ ਦੁਬਾਰਾ ਫਿਰ ਤੁਹਾਨੂੰ ਦਿਖਾਊਂਗੀ ਸਾਰਿਆਂ ਨੂੰ। ਬਾਕੀ ਮੈਂ ਸਾਰੀ ਕਲੀਨਿੰਗ ਕਰ ਦਿੱਤੀ ਸੀਗੀ, ਅਤੇ ਹੁਣ ਫਿਰ ਮੈਂ ਸਾਰਾ ਇਸ ਵਾਰ ਸੈਟਿੰਗ ਵੀ ਥੋੜ੍ਹੀ ਜਿਹੀ ਚੇਂਜ ਕਰੀ ਹੈ। ਜਿਹੜਾ ਉਹ ਸਾਹਮਣੇ ਬੋਕਸ ਪਿਆ ਵੁਡਨ ਵਾਲਾ, ਉਹਨੂੰ ਮੈਂ ਸਾਈਡ 'ਤੇ ਕਰਕੇ ਫਿਰ ਇੱਧਰ ਮੈਂ ਸਿਲੰਡਰ ਲਾ ਦੂੰਗੀ, ਸਾਰੇ ਬੋਕਸ ਵਗੈਰਾ ਰੱਖ ਦੂੰਗੀ ਜਿਨ੍ਹਾਂ 'ਚ ਮੈਂ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ, ਸਾਰੀ ਵਧੀਆ ਤਰੀਕੇ ਨਾਲ ਕਲੀਨਿੰਗ ਕਰੂੰਗੀ ਮੈਂ। ਅਤੇ ਉਸ ਤੋਂ ਬਾਅਦ ਕਿਸੇ ਨੂੰ ਮੇਰੀ ਵੀਡੀਓ ਕਿਚਨ ਕਲੀਨਿੰਗ ਵਾਲੀ ਪਸੰਦ ਆ ਰਹੀ ਹੈ ਤਾਂ ਪਲੀਜ਼ ਲਾਈਕ ਕਰ ਲਿਓ ਮੇਰੇ ਫਰੈਂਡਸ। ਅਤੇ ਅੱਜ ਮੈਨੂੰ 3 ਦਿਨ ਹੋ ਗਏ ਦੇਖਦਿਆਂ ਨੂੰ, ਮੇਰੀ ਵੀਡੀਓਜ਼ 'ਤੇ ਵਿਊਜ਼ ਬਹੁਤ ਅੱਛੇ ਆ ਰਹੇ ਹੈ, ਲੋਕ ਮੇਰੇ ਸਬਸਕ੍ਰਾਈਬਰਸ ਨੂੰ, ਮੇਰੇ ਹੋਰ ਵੀ ਵਿਊਜ਼ ਜਿਹੜੇ ਆ ਰਹੇ ਹੈ, ਸਭ ਨੂੰ ਮੇਰੀ ਵੀਡੀਓ ਬਹੁਤ ਪਸੰਦ ਆ ਰਹੀ ਹੈ। ਅਤੇ ਮੈਂ ਤੁਹਾਡਾ ਦਿਲੋਂ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ, ਅਤੇ ਬਸ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਰੋਜ਼ ਵੀਡੀਓ ਲਿਆਉਂਦੀ ਰਹੂੰਗੀ, ਅਤੇ ਮੈਨੂੰ ਇਸ ਤਰ੍ਹਾਂ ਰੋਜ਼ ਪਿਆਰ ਦਿਓ ਆਪਣਾ। ਅਤੇ ਬਸ ਹੁਣ ਮੈਂ ਐਵੇਂ ਆਪਣੇ ਘਰ ਦੇ ਵਿੱਚ ਕਲੀਨਿੰਗ ਕਰਦੀ ਰਹਿੰਦੀ ਹਾਂ, ਅਤੇ ਤੁਸੀਂ ਦੇਖਦੇ ਹੀ ਰਹੋ। ਅਤੇ ਉਸ ਤੋਂ ਬਾਅਦ ਫਿਰ ਮੈਂ ਆਟੇ ਵਾਲਾ ਜਿਹੜਾ ਬੋਕਸ ਹੁੰਦਾ ਨਾ, ਉਹਦਾ ਉੱਪਰ ਵਾਲਾ ਢੱਕਣ ਥੋੜ੍ਹਾ ਜਿਹਾ ਗੰਦਾ ਸੀ, ਜ਼ਿਆਦਾ ਤਾਂ ਨਹੀਂ ਸੀ, ਥੋੜ੍ਹਾ ਜਿਹਾ ਸੀਗਾ, ਫਿਰ ਉਹਨੂੰ ਸਾਫ਼ ਕਰਿਆ, ਫਿਰ ਆਪਣੀ ਜਿਹੜੀ ਮਿਕਸੀ ਹੁੰਦੀ ਹੈਗੀ ਜਿਹ 'ਚ ਆਪਾਂ ਬੀਟ ਕਰਦੇ ਹਾਂ ਸਮਾਨ ਨੂੰ, ਅਤੇ ਬਸ ਉਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਕੁਰ ਕੇ ਉਹਨੂੰ ਰੱਖਿਆ, ਫਿਰ ਕਵਰ ਕਰਕੇ ਉਹਨੂੰ ਮੈਂ ਕਵਰ ਕਰਕੇ ਰੱਖਦੀ ਹਾਂ, ਕਿਉਂਕਿ ਨਾ ਸਾਡੇ ਇੱਧਰ ਮਿੱਟੀ ਧੂੜ ਬਹੁਤ ਉੜ ਕੇ ਆਉਂਦੀ ਆ, ਮੌਸਮ ਦਾ ਪਤਾ ਨਹੀਂ ਲੱਗਦਾ ਕਦੋਂ ਖਰਾਬ ਹੋ ਜਾਂਦਾ, ਤਾਂ ਕਰਕੇ ਫਿਰ ਇਹ ਹੁੰਦਾ ਗੰਦ ਜਿਹੜੀ ਗੰਦਗੀ ਉਹਦੇ ਵਿੱਚ ਨਾ ਬਹਿ ਜਾਵੇ। ਅਤੇ ਫਿਰ ਮੈਂ ਆਪਣੇ ਸਾਰੇ ਚਮਚਾਂ ਨੂੰ ਸੈੱਟ ਕਰੂੰਗੀ ਚੰਗੀ ਤਰ੍ਹਾਂ ਸਾਰੇ, ਮੈਂ ਵੀ ਨਾਲ ਵਾਸ਼ ਕਰ ਲਏ ਸੀਗੇ ਚਮਚ, ਮੈਂ ਕਿਉਂਕਿ ਇਕੱਲੀ ਇਕੱਲੀ ਚੀਜ਼ ਨੂੰ ਵਾਸ਼ ਕੀਤਾ ਅੱਜ, ਅਤੇ ਮੈਂ ਬਾਅਦ 'ਚ ਥੱਕ ਵੀ ਬਹੁਤ ਗਈ ਸੀ, ਮੈਨੂੰ ਐਵੇਂ ਹੋ ਰਿਹਾ ਸੀ ਕਿ ਮੈਨੂੰ ਫੀਵਰ ਜਿਹਾ ਚੜੇਗਾ, ਪਤਾ ਨਹੀਂ ਕਿਉਂ, ਵੀ ਅੱਜ ਮੈਂ ਬਹੁਤ ਜ਼ਿਆਦਾ ਕੰਮ ਕਰ ਰਿਹਾ ਸੀਗਾ, ਕਿਉਂਕਿ ਕਿਚਨ ਦੀ ਕਲੀਨਿੰਗ ਕੋਈ ਥੋੜ੍ਹਾ ਕੰਮ ਨਹੀਂ ਹੈਗਾ, ਬਹੁਤ ਜ਼ਿਆਦਾ ਹੋ ਜਾਂਦਾ ਜੇ ਕਰਨ ਲੱਗੀਏ ਤਾਂ। ਅਤੇ ਬਸ ਫਿਰ ਮੈਂ ਥੱਕ ਬਹੁਤ ਗਈ ਸੀ ਅੱਜ, ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਇੱਧਰ ਦੂਜੀ ਸਾਈਡ ਆਈ, ਤਾਂ ਇੱਧਰ ਵੀ ਆਪਣੀ ਕਲੀਨਿੰਗ ਕਰੀ ਵਧੀਆ ਤਰੀਕੇ ਨਾਲ, ਸਾਰੇ ਮੈਂ ਸਾਰੇ ਕਿਚਨ ਦੀ ਵਧੀਆ ਕਲੀਨਿੰਗ ਕਰੀ ਹੈ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਗੈਸ ਨੂੰ ਵੀ ਚੰਗੀ, ਸਿਲੰਡਰ ਨੂੰ ਚੰਗੀ ਤਰ੍ਹਾਂ ਸਾਫ਼ ਕਰੂੰਗੀ, ਕੱਪ ਵੀ ਮੈਂ ਧੋਤੇ ਸੀਗੇ, ਅਤੇ ਇਹਨਾਂ 'ਤੇ ਵੀ ਬਹੁਤ ਮਿੱਟੀ ਚੜੀ ਪਈ ਸੀ, ਮੈਂ ਕਿਹਾ ਚਲੋ ਵੀ ਧੋਦਾ, ਕੱਪ ਵੈਸੇ ਸਾਡੇ ਯੂਜ਼ ਹੁੰਦੇ ਨਹੀਂ ਕਿਉਂਕਿ ਜਦੋਂ ਕੋਈ ਗੈਸਟ ਆਉਂਦਾ ਉਦੋਂ ਯੂਜ਼ ਕਰੀਦਾ ਕੱਪ ਨੂੰ। ਅਤੇ ਬਸ ਹੁਣ ਮੈਂ ਆ ਗਈ ਸੀ ਰੋਟੀ ਬਣਾਉਣ, ਮੈਨੂੰ ਬਹੁਤ ਜ਼ਿਆਦਾ ਲੱਗ ਗਈ ਸੀ ਇੱਥੇ ਭੁੱਖ, ਟਾਈਮ 10:30 ਤੋਂ ਉੱਪਰ ਹੋਇਆ ਪਿਆ ਸੀਗਾ, ਮੈਨੂੰ 11 ਵੱਜ ਗਏ ਹੋਣੇ, ਅਤੇ ਮੈਨੂੰ ਬਹੁਤ ਤੇਜ਼ ਇੱਕੋਦਮ ਭੁੱਖ ਲੱਗੀ, ਫਿਰ ਮੈਂ ਕਿਹਾ ਚਲ ਰਿਤੂ ਰੋਟੀ ਬਣਾ ਕੇ ਖਾਂਦੀ ਹਾਂ। ਅਤੇ ਫਿਰ ਮੈਂ ਪਹਿਲਾਂ ਪਾਪਾ ਨੂੰ ਦਿੱਤੀ ਰੋਟੀ, ਨਾਸ਼ਤਾ ਸੀ ਕਿਸੇ ਨੇ ਵੀ ਨਹੀਂ ਕੀਤਾ ਸੀ, ਪਾਪਾ ਨੂੰ ਦਿੱਤੀ, ਪਾਪਾ ਰੋਟੀ ਖਾਣ ਲੱਗੇ, ਇੰਨੇ ਮੰਮੀ ਆ ਗਈ ਸੀ ਉੱਪਰੋਂ, ਤਾਂ ਮੰਮੀ ਨੇ ਰੋਟੀ ਖਾਣ ਲੱਗ ਗਏ ਕੋਲੋਂ, ਅਤੇ ਫਿਰ ਮੈਂ ਵੀ ਨਾਲ ਖਾ ਕੇ ਰੋਟੀ, ਅਤੇ ਫਿਰ ਮੈਂ ਬਾਅਦ 'ਚ ਆਈ, ਬਾਅਦ 'ਚ ਫਿਰ ਥੋੜ੍ਹੇ ਬਹੁਤ ਬਰਤਨ ਸੀਗੇ ਮੇਰੇ ਕਰਨ ਵਾਲੇ, ਉਹ ਵੀ ਨਾਲ ਨਾਲ ਕਰੇ, ਅਤੇ ਫਿਰ ਮੈਂ ਆਪਣਾ
ਚੰਗੀ ਤਰ੍ਹਾਂ ਫਿਰ ਗੈਸ ਵੀ ਸਾਫ਼ ਕਰਿਆ ਮੈਂ ਗੈਸ ਸਿਲੰਡਰ ਤਾਂ ਹੀ ਗੈਸ ਨੂੰ ਪਹਿਲਾਂ ਤਾਂ ਨਹੀਂ ਸਾਫ਼ ਕਰਿਆ ਸੀ ਕਿਉਂਕਿ ਫਿਰ ਮੈਂ ਹਾਲੇ ਰੋਟੀ ਬਣਾਉਣੀ ਸੀ ਨਾ, ਮੈਂ ਕਿਹਾ ਫਿਰ ਖਲਾਰਾ ਉਵੇਂ ਪੈ ਜਾਏਗਾ, ਮੈਂ ਪਹਿਲਾਂ ਰੋਟੀ ਪਕਾ ਕੇ ਖਾ ਲੈਣੀ ਨਾਲੇ ਭੁੱਖ ਬਹੁਤ ਲੱਗੀ ਸੀ, ਅਤੇ ਫਿਰ ਮੈਂ ਆਪਣਾ ਗੈਸ ਚੰਗੀ ਤਰ੍ਹਾਂ ਸਾਫ਼ ਕਰਿਆ ਸਾਰਾ, ਅਤੇ ਹੁਣ ਤੁਹਾਨੂੰ ਮੈਂ ਬਾਅਦ 'ਚ ਦਿਖਾਊਂਗੀ, ਦੇਖਣਾ ਕਿਚਨ ਇੰਨਾ ਸਾਫ਼ ਲੱਗ ਰਿਹਾ ਨਾ, ਅਤੇ ਪਹਿਲਾਂ ਦੇਖਣਾ ਸੀ ਕਿੰਨਾ ਗੰਦਾ ਲੱਗ ਰਿਹਾ ਸੀਗਾ, ਫਰਕ ਤਾਂ ਹੁੰਦਾ ਹੀ ਆਪਾਂ ਸਾਫ਼ ਕਰਦੇ ਹਾਂ ਹੈ ਨਾ। ਬਸ ਵੀ ਜਦੋਂ ਮੇਰੇ ਸਾਰੇ ਬਰਤਨ ਹੋ ਜਾਂਦਾ ਤਾਂ ਮੈਂ ਆਪਣੇ ਜਿਹੜੇ ਕੱਪੜੇ ਹੁੰਦੇ ਆ ਉਹਨਾਂ ਨੂੰ ਧੋ ਕੇ ਰੱਖ ਦਿੰਦੀ ਹਾਂ ਵੀ ਸੁੱਕ ਜਾਣਗੇ, ਅਤੇ ਮੈਂ ਆਪਣੀ ਸਾਰੀ ਸ਼ਿੰਕ ਵੀ ਸਾਫ਼ ਕਰ ਲੂੰਗੀ ਚੰਗੀ ਤਰ੍ਹਾਂ, ਅਤੇ ਉਸ ਤੋਂ ਬਾਅਦ ਫਿਰ ਮੈਂ ਲਾਸਟ ਦੇ ਵਿੱਚ ਮੇਰਾ ਕੰਮ ਆਉਂਦਾ ਝਾੜੂ ਪੋਚਾ, ਅਤੇ ਕਿਚਨ ਦੇ ਵਿੱਚ ਮੈਂ ਕਰਿਆ ਝਾੜੂ ਮਾਰਿਆ ਚੰਗੀ ਤਰ੍ਹਾਂ ਸਾਰਾ ਕੱਢਿਆ, ਉਸ ਤੋਂ ਬਾਅਦ ਫਿਰ ਮੈਂ ਪੋਚਾ ਮਾਰਿਆ, ਝਾੜੂ ਪੋਚਾ ਕਰਨ ਤੋਂ ਬਾਅਦ ਮੇਰਾ ਕਿਚਨ ਬਿਲਕੁਲ ਇੱਕਦਮ ਸੈੱਟ ਕਲੀਨ ਹੋ ਗਿਆ, ਉਸ ਤੋਂ ਬਾਅਦ ਮੈਨੂੰ ਕੋਈ ਜ਼ਰੂਰਤ ਨਹੀਂ ਦੇਖਣ ਦੀ, ਤੁਹਾਨੂੰ ਮੈਂ ਦਿਖਾਈ ਦਿਉਂਗੀ ਬਾਅਦ 'ਚ। ਅਤੇ ਹੁਣ ਮੇਰੀ ਵੀਡੀਓ ਨੂੰ ਜਿਹਨੇ ਲਾਸਟ ਤੱਕ ਦੇਖਿਆ ਉਹਦਾ ਬਹੁਤ ਬਹੁਤ ਮੈਂ ਥੈਂਕ ਯੂ ਕਰਦੀ ਹਾਂ, ਅਤੇ ਜੇ ਮੇਰੀ ਪਸੰਦ ਆਈ ਹੈ ਤੁਹਾਨੂੰ ਮੇਰੀ ਵੀਡੀਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਪਹਿਲੀ ਵਾਰ ਆਇਆ, ਅਤੇ ਇੱਕ ਲਾਈਕ ਕਰ ਦੇਣਾ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਹੈ, ਕਿਉਂਕਿ ਮੈਂ ਤੁਹਾਡੇ ਕਮੈਂਟ ਦੀ ਹਮੇਸ਼ਾ ਵੇਟ ਕਰਦੀ ਹਾਂ। ਮੈਂ ਦੇਖਦੀ ਹਾਂ ਕਿ ਮੇਰਾ ਕਿਹੜਾ ਨਿਊ ਸਬਸਕ੍ਰਾਈਬਰ ਮੇਰੇ ਨਾਲ ਅੱਜ ਐਡ ਹੋਇਆ ਜਾਂ ਕਿਹੜਾ ਮੈਨੂੰ ਕਮੈਂਟ ਕਰ ਰਿਹਾ, ਮੈਂ ਸਭ ਦੇ ਕਮੈਂਟ ਦਾ ਰਿਪਲਾਈ ਵੀ ਜ਼ਰੂਰ ਕਰਦੀ ਹਾਂ, ਅਤੇ ਚਲੋ ਹੁਣ ਆਪਾਂ ਫਿਰ ਬਾਅਦ 'ਚ ਮਿਲਦੇ ਹਾਂ।
ਹਾਂਜੀ ਗਾਈਸ, ਮੈਂ ਬਹੁਤ ਥੱਕ ਗਈ ਕਿਉਂਕਿ ਹੁਣ ਸਾਰੀ ਰਸੋਈ ਦੀ ਕਲੀਨਿੰਗ ਕੀਤੀ ਹੈ, ਸਫਾਈ ਤੁਹਾਨੂੰ ਦਿਖਾਈ ਹੋਈ ਆ, ਇਕੱਲੀ ਇਕੱਲੀ ਚੀਜ਼ ਨੂੰ ਚੰਗੀ ਤਰ੍ਹਾਂ ਸਾਫ਼ ਕਰਿਆ ਅਤੇ ਨਾਲ ਹੀ ਮੈਂ ਨਾਸ਼ਤਾ ਬਣਾਉਣ ਲੱਗ ਗਈ ਕਿਉਂਕਿ ਮੈਨੂੰ ਵਿੱਚ 'ਚ ਬਹੁਤ ਜ਼ਿਆਦਾ ਭੁੱਖ ਲੱਗਣ ਲੱਗ ਗਈ ਸੀਗੀ, ਮੈਨੂੰ ਕੰਮ ਨਹੀਂ ਹੋ ਰਿਹਾ ਸੀ, ਫਿਰ ਮੈਂ ਕਿਹਾ ਚਲੋ ਨਾਸ਼ਤਾ ਬਣਾਉਂਦੀ ਹਾਂ ਅਤੇ ਫਿਰ ਨਾਸ਼ਤਾ ਖਾਇਆ, ਫਿਰ ਉਸ ਤੋਂ ਬਾਅਦ ਥੋੜ੍ਹਾ ਆਪਣਾ ਕੰਮ ਕਰਿਆ, ਝਾੜੂ ਪੋਚਾ ਹੋਰ ਕਲੀਨਿੰਗ ਕਰੀ ਥੋੜ੍ਹੀ ਜਿਹੀ ਅਤੇ ਘਰ ਦਾ ਵੀ ਕੰਮ ਕਰਿਆ, ਚਾਦਰ ਚੁਦਰ ਵਿਛਾਈ, ਨਾਲ ਬਾਹਰ ਧੋਤਾ ਸਾਰਾ ਜਿੱਥੇ ਮੈਂ ਭਾਂਡੇ ਸਾਫ਼ ਨਹੀਂ ਕਰੇ ਸੀਗੇ ਆਪਣੇ ਡੱਬੇ, ਉਹ ਸਾਰਾ ਧੋ ਕੇ ਆਈ ਹਾਂ, ਪੋਚਾ ਲਾ ਕੇ ਆਈ ਹਾਂ, ਹੁਣ ਮੈਂ ਫ੍ਰੀ ਹੋਈ ਹਾਂ, 11:30 ਹੋ ਗਏ ਵੈਸੇ, ਮੋਕਸ਼ੀ ਦੇ ਆਉਣ ਦਾ ਟਾਈਮ ਹੋ ਜਾਏਗਾ 10-15 ਮਿੰਟ ਨੂੰ, ਅਤੇ ਮੈਂ ਹੁਣ ਆਪਣਾ ਵਲੌਗ ਅਪਲੋਡ ਕਰਨਾ ਕੱਲ੍ਹ ਵਾਲਾ, ਅਤੇ ਹੁਣ ਮੈਂ ਉਹ ਕਰਕੇ ਉਸ ਤੋਂ ਬਾਅਦ ਫਿਰ ਨਹਾਉਂਗੀ, ਅਤੇ ਹੁਣ ਮੈਂ ਥੋੜ੍ਹਾ ਜਿਹਾ ਥੱਕ ਗਈ ਅਤੇ ਨਾਲ ਸ਼ੂਟਿੰਗ ਕੀਤੀ ਨਾਲ ਕੰਮ ਕੀਤਾ, ਬਹੁਤ ਜ਼ਿਆਦਾ ਔਖਾ ਹੈ ਯਾਰ, ਮਿਹਨਤ ਬਹੁਤ ਲੱਗਦੀ ਹੈ, ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ, ਪਲੀਜ਼ ਮੇਰੀ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਪਹਿਲੀ ਵਾਰ ਆਏ ਨੇ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਹੈ, ਕਿਉਂਕਿ ਯਾਰ ਬਹੁਤ ਮਿਹਨਤ ਕੀਤੀ ਹੈ ਮੈਂ, ਅੱਜ ਥੱਕ ਗਈ ਪੂਰਾ, ਅਤੇ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਵੀਂ ਵੀਡੀਓ ਨਾਲ, ਉਦੋਂ ਤੱਕ ਲਈ ਬਾਏ ਬਾਏ।